ਕੋਟਨ ਗੁਰ ਸੇਵੀਆ ਅਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਨ ਦੁਖ ਜਾਇ ਦਰਸ਼ਨ ਵਿਆਸੀ ਦਿਨ ਸੁਰਾਤ ਚਿਤ ਮੰਦਨ ਨੀਤ ਕੋਲ ਕਪਟ ਗੁਰ ਮਿਲੀਐ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਨ ਪ੍ਰਭ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਤੈਨੀ ਸੁਣਿਆ ਦੁੱਖ ਸੁੱਖ ਮੇਰਾ ਤੋ ਵਿਦ ਨਿੱਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਵਿਦ ਨਿੱਕੀ ਖਟਾਨੀ ਜੀ ਕੀ ਇੱਕ ਹੀ ਪੈਮਾਨੀ ਅਵਰ ਯਤਨ ਕਰ ਰਹੀ ਵੋ ਤੇਰੇ ਤਿੰਨ ਤਿੰਨ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੂਲਕ ਹੀਰਾ ਗੁਰ ਦੀਨੋ ਮਤਾਨੀ ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਈ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕੱਚ ਹੋਤੇ ਤਿਨ ਕੀ ਬਹੁਤ ਬਿਰਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੀ ਅਨਹਤ ਬਾਣੀ ਕਹੋ ਨਾਨਕ ਨਹਿਚਲ ਘਰ ਬਾਧਿਓ ਗੁਰ ਦੀਨੋ ਮਤਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੀ ਅਨਹਤ ਬਾਣੀ ਕਹੋ ਨਾਨਕ ਨਹਿਚਲ ਘਰ ਵਾਧਿਓ ਗੁਰ ਕੀਓ ਵਾਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਰ ਸਜਾਨੀ ਤੈਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨਿੱਕੀ ਖਟਾਨੀ ਉਠੋ ਪਾਈ ਅੰਮ੍ਰਿਤ ਜਿਹੜਾ ਹੋਇਆ ਜੀ ਇਸ਼ਨਾਨ ਪਾਣੀ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚੋ ਆਪਣੀਆਂ ਹਾਜ਼ਰੀਆਂ ਲਵਾਓ ਆਪਣੇ ਜੀਵਨ ਨੂੰ ਸਫਲਾ ਬਣਾਓ ਪਾਈ ਅੰਮ੍ਰਿਤ ਵੇਲੇ ਦਾ ਟਾਈਮ 3:40 ਹੋ ਚੁੱਕੇ ਨੇ ਭਾਈ ਅੰਮ੍ਰਿਤ ਵੇਲ ਦਾ ਟਾਈਮ 3:40 ਹੋ ਚੁੱਕੇ ਨੇ ਅੱਜ ਪੁੰਨਿਆ ਦਾ ਸ਼ੁਭ ਦਿਹਾੜਾ ਹੈ ਭਾਈ ਹਉ ਹਉ ਆ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੋ ਆਪਣੀਆਂ ਦਸਾਂ ਦੀਆਂ ਕਿਰਤ ਕਮਾਈਆਂ ਨੂੰ ਵੀ ਜ਼ਰੂਰ ਸਫਲਾ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।